अक्षय पिछे हो परे परे सुख कॉफी ले जाने बाबा जी परे हो वारस पंजाब के जथेबंदी के जेडे मुखी ने उन्होंने जल्दी से जम्मू जिले तो जुड़ी हर एक जानकारी पर अमृत प्रताप सिंह वालों जो सुनेहा देने की कोशिश है उसकी एक एक जानकारी अपने दर्शकों के नाल साझी कर रहा हूं। कैमरामैन हनीश कुमार के साथ न्यूज एक्टिव वाहिगुरु जी का खालसा वाहिगुरु जी की फतेह। देखो सतगुरु सच्चे पातशाह की कृपा ने जो संयोग बने हैं जो विआह शादी का कोई भी समागम है वह इदा का होना चाहिए भी ना अगलिया कोई बंधन बोझ पवे ना साढ़े दे पवे। एक दिन की यह खुशी परिवारक है इन निजी तौर पर मनाना चाहिए सतगुरु सच्चे पातशाह का आशीर्वाद लैके जो जीवन है ग्रस्त जीवन जो सतगुरु का हुक्म ही है ਉਹਨੂੰ ਸ਼ੁਰੂ ਕਰਨਾ ਚਾਹੀਦਾ ਸੋ ਸਾਦਗੀ ਸਭ ਤੋਂ ਜ਼ਰੂਰੀ ਹੈ। ਠੀਕ ਹੈ ਤੇ ਤੁਸੀਂ ਨਕੋਦਰ ਤੋਂ ਇੱਥੇ ਸ਼ਿਫਟ ਕਰ ਲਿਆ ਵਿਆਹ ਦੀ ਆਪਣਾ ਵੈਨਿਊ ਉਹਦੇ ਪਿੱਛੇ ਕੋਈ ਖਾਸ ਕਾਰਨ? ਦੇਖੋ ਇਹੋ ਹੀ ਸਾਡਾ ਮੈਂ ਬੇਨਤੀ ਵੀ ਕਰਨੀ ਹੈ ਮੀਡੀਆ ਨੂੰ ਵੀ ਕਈ ਵਾਰ ਨਾ ਕੁਛ ਚੀਜ਼ਾਂ ਆਪਾਂ ਪ੍ਰਾਈਵੇਟ ਰੱਖਣਾ ਚਾਹੁੰਦੇ ਹਾਂ। ਮੈਂ ਪਬਲਿਕ ਦੇ ਵਿੱਚ ਵਿਚਰਨਾ ਮੈਂ ਨਹੀਂ ਚਾਹੁੰਦਾ ਵੀ ਮੇਰਾ ਪਰਿਵਾਰ ਜਿਹੜਾ ਵਾ ਉਹ ਪਬਲਿਕ ਦੇ ਵਿੱਚ ਉਹਨਾਂ ਦਾ ਕੋਈ ਤਸਵੀਰਾਂ ਸਾਹਮਣੇ ਆਉਣ ਸੋ ਇਹ ਬੇਨਤੀ ਵੀ ਹੈ ਵੀ ਜਿਹੜੀ ਪ੍ਰਾਈਵੇਟ ਲਾਈਫ ਹੈ ਇਹਨੂੰ ਪ੍ਰਾਈਵੇਟ ਰਹਿਣ ਦਿੱਤਾ ਜਾਵੇ। ਇਸ ਕਰਕੇ ਸਾਨੂੰ ਇਹ ਮੁਸ਼ਕਲ ਦੀ ਵਜ੍ਹਾ ਕਰਕੇ ਸਾਨੂੰ ਇਹ ਸ਼ਿਫਟ ਕਰਨਾ ਪਿਆ ਕਿਉਂਕਿ ਉੱਥੇ ਮੀਡੀਆ ਜਿਹੜਾ ਸੀ ਅਸੀਂ ਅਵੋਇਡ ਨਹੀਂ ਸੀ ਕਰ ਸਕਦੇ ਇਮੀਡੀਏਟਲੀ ਸਾਨੂੰ ਇਹ ਪਲਾਨ ਚੇਂਜ ਕਰਨੇ ਪਏ। ਸੋ ਇਹ ਬੇਨਤੀ ਅੱਗੇ ਤੋਂ ਵੀ ਇਹ ਆ ਵੀ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਥੋੜ੍ਹਾ ਜਿਹਾ ਜਿਵੇਂ ਸੰਸੇਸ਼ਨ ਦੇ ਰੂਪ ਦੇ ਵਿੱਚ ਫੋਟੋਆਂ ਲਾਉਣੀਆਂ ਹੈ ਪਹਿਲਾਂ ਕਿਸੇ ਗਲਤ ਕੁੜੀ ਦੀਆਂ ਫੋਟੋਆਂ ਚਲਾਈਆਂ ਗਈਆਂ ਫਿਰ ਦੁਬਾਰਾ ਫਿਰ ਚਲਾਈਆਂ ਜਾ ਰਹੀਆਂ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਇੱਦਾਂ ਨਹੀਂ ਕਰਨਾ ਚਾਹੀਦਾ ਬਿਨਾਂ ਇਜਾਜ਼ਤ ਤੋਂ ਬਿਨਾਂ ਕਿਸੇ ਦੀ ਅਥਾਰਟੀ ਤੋਂ ਇਹ ਕੰਮ ਨਹੀਂ ਕਰਨਾ ਚਾਹੀਦਾ। ਵੈਸੇ ਅਚਾਨਕ ਕੱਲ੍ਹ ਖਬਰ ਨਿਕਲੀ ਕਿ ਤੁਸੀਂ ਵਿਆਹ ਕਰਵਾ ਰਹੇ ਹੋ ਉਹਦਾ ਪਰਿਵਾਰ ਦੇ ਵਿੱਚ ਲੰਬੇ ਸਮੇਂ ਤੋਂ ਪਲੈਨਿੰਗ ਚੱਲ ਰਹੀ ਸੀ? ਮੇਰੀ ਮੈਂ ਇੱਕ ਸਾਲ ਤੋਂ ਮੈਂ ਜਿਹੜਾ ਸੀ ਅਸੀਂ ਆਲਰੇਡੀ ਵਿਆਹ ਦੀ ਗੱਲ ਚੱਲ ਰਹੀ ਸੀ ਸੋ ਇਸ ਕਰਕੇ ਇਹ ਜਿਹੜਾ ਲੰਬੇ ਸਮੇਂ ਦੀ ਪਲੈਨਿੰਗ ਹੈ ਪਰ ਉਹ ਜਦੋਂ ਮੈਂ ਪਹਿਲਾਂ ਗਿਆ ਵੀ ਕੁਛ ਚੀਜ਼ਾਂ ਨੂੰ ਆਪਾਂ ਨੂੰ ਪਰਸਨਲ ਰੱਖਣਾ ਪੈਂਦਾ। ਵੈਸੇ ਪਰਸਨਲ ਹੈ ਤੁਸੀਂ ਸਰਦਾਰਨੀ ਜੀ ਨੂੰ ਪਹਿਲਾਂ ਤੋਂ ਜਾਣਦੇ ਸੀ? ਹਾਂਜੀ ਮੈਂ ਪਹਿਲਾਂ ਤੋਂ ਜਾਣਦਾ। ਅੱਛਾ ਜੀ ਸਿੰਘ ਸਾਹਿਬ ਜਿਸ ਤਰ੍ਹਾਂ ਅਕਾਲ ਤਖਤ ਜਥੇਦਾਰ ਦੀ ਗੱਲ ਕੀਤੀ ਜਾਵੇ ਤੁਸੀਂ ਵੀ ਜਿਹੜਾ ਇੱਕ ਮੈਸੇਜ ਦਿੱਤਾ ਕਿ ਤੁਹਾਨੂੰ ਲੱਗਦਾ ਨਹੀਂ ਸਿੰਘ ਸਾਹਿਬ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਜਿਹੜੇ ਲੋਕ ਨੇ ਸੰਗਤਾਂ ਨੇ ਉਸੇ ਤਰ੍ਹਾਂ ਅਪਣਾਉਣ ਸਾਦਾ ਵਿਆਹ ਕਰਨ? ਦੇਖੋ ਇਹ ਜ਼ਰੂਰੀ ਹੈ ਮੈਂ ਅੱਗੇ ਵੀ ਕਈਆਂ ਥਾਵਾਂ 'ਤੇ ਇਹ ਗੱਲ ਕੀਤੀ ਹੈ ਵੀ ਇਹ ਪਰਿਵਾਰਕ ਦੀ ਰਸਮ ਹੈ ਦੋ ਪਰਿਵਾਰਾਂ ਦਾ ਦੋ ਜੀਆਂ ਦਾ ਮੇਲ ਹੈ ਸਤਿਗੁਰ ਦੀ ਹਜ਼ੂਰੀ ਚਾਹੀਦੀ ਹੈ ਹੋਰ ਕੁਛ ਬਹੁਤਾ ਨਹੀਂ ਚਾਹੀਦਾ ਤਾਂ ਜਾਵਾਂ ਸੋ ਜਿੰਨਾ ਸਾਦਾ ਹੋ ਸਕੇ ਉਨਾ ਚੰਗਾ ਆਪਾਂ ਲੋਕ ਦਿਖਾਵੇ ਦੇ ਵਿੱਚ ਆ ਕੇ ਲੱਖਾਂ ਕਰੋੜਾਂ ਰੁਪਈਆ ਖਰਚੀਏ ਅਤੇ ਫਿਰ ਕਈ ਕੋਈ ਤਾਂ ਕਰ ਸਕਦਾ ਪਰ ਦੂਜਿਆਂ ਨੂੰ ਅੱਡੀਆਂ ਚੁੱਕ ਕੇ ਫਾਹ ਲੈਣਾ ਪੈਂਦਾ ਜਿਨ੍ਹਾਂ ਕੋਲ ਨਹੀਂ ਹੁੰਦਾ ਦਾਜ ਦੇ ਇਹੋ ਜਿਹੀ ਜਿਹੜੀ ਸਮੱਸਿਆ ਪੰਜਾਬ ਦੇ ਵਿੱਚ ਮਾੜੀ ਮੋਟੀ ਹੈਗੀ ਇਹਨੂੰ ਖਤਮ ਕਰਨਾ ਚਾਹੀਦਾ। ਵਿਆਹ ਇੱਦਾਂ ਦੀ ਰਸਮ ਹੋਣੀ ਚਾਹੀਦੀ ਵੀ ਜਿੱਥੇ ਕਿਸੇ ਨੂੰ ਇੱਕ ਦਿਨ ਪਹਿਲਾਂ ਵੀ ਚਿੰਤਾ ਨਾ ਹੋਵੇ ਇਹ ਆਮ ਰਸਮੀ ਤੌਰ 'ਤੇ ਜਿਵੇਂ ਕਿਤੇ ਮਹਾਰਾਜ ਦੀ ਖੰਡਪੜ ਸਾਹਿਬ ਰਖਾਇਆ ਇੱਦਾਂ ਦੀ ਰਸਮ ਹੋਵੇ ਤਾਂ ਜੋ ਕੁੜੀ ਦੇ ਪਰਿਵਾਰ ਨੂੰ ਜਾਂ ਕਿਸੇ ਵੀ ਪਰਿਵਾਰ ਨੂੰ ਇਹ ਚਿੰਤਾ ਨਾ ਹੋਵੇ ਕਿ ਅਸੀਂ ਵਿਆਹ ਕਰ ਲਓ। ਮਤਲਬ ਬਹੁਤ ਨੇੜਦੇ ਜਿਹੜੇ ਸੀ ਸਿੰਘ ਸੀ ਪਰਿਵਾਰ ਦੇ ਜੀ ਸੀ ਰਿਸ਼ਤੇਦਾਰ ਸੀ ਕੁਝ ਤੇ ਬਹੁਤ ਲਿਮਿਟਡ ਬੰਦੇ ਸੀ ਪੰਜਾਬ ਦੇ। ਸਿੰਘ ਸਾਹਿਬ ਅੱਗੇ ਸਮਾਗਮ ਰੱਖੇ ਗਏ ਨੇ ਫਿਰ ਰੂਪ ਰੇਖਾ ਨਹੀਂ ਉਦਾਂ ਹੀ ਚੱਲੇਗੀ ਜਿਵੇਂ ਸਮਾਗਮ ਦੀ ਰੂਪ ਰੇਖਾ ਕਲੀਅਰ ਕਰ ਦਿਓ ਵੀ ਤੁਹਾਡਾ ਜਿਹੜਾ ਪਰਿਵਾਰ ਹੈ ਉਹ ਕੈਨੇਡਾ ਤੋਂ ਹੈ ਕਿ ਯੂਕੇ ਤੋਂ ਹੈ ਕਿਉਂਕਿ ਇਹ ਵੀ ਬੜੀ ਕੰਦ ਕਿਹੜਾ ਪਰਿਵਾਰ ਜਿਹੜਾ ਤੁਹਾਡੇ ਸਾਰਾ ਪਰਿਵਾਰ ਨਹੀਂ ਉਹ ਯੂਕੇ ਤੋਂ ਨੇ। ਭਾਈ ਸਾਹਿਬ ਤੁਹਾਡੇ ਕੋਲੋਂ ਇੱਕ ਵੱਖਰਾ ਸੁਣਿਆ ਦਿੱਤਾ ਜਾਂਦਾ ਹੈ ਆਮ ਜਿਹੜੇ ਨੌਜਵਾਨ ਨੇ ਵੀ ਤੁਸੀਂ ਬਾਹਰ ਨਹੀਂ ਜਾਣਾ ਇੱਥੇ ਰਹੋ ਸੋ ਹੁਣ ਜਿਹੜੇ ਤੁਸੀਂ ਪਰਿਵਾਰ ਤੁਸੀਂ ਆਪ ਇੱਥੇ ਰਹੋਗੇ ਪਰਿਵਾਰ ਤੁਹਾਡਾ ਇੱਥੇ ਰਹੋਗਾ ਕਿ ਤੁਸੀਂ ਵੀ ਬਾਹਰ? ਨਹੀਂ ਨਹੀਂ ਅਸੀਂ ਦੇਖੋ ਪਰਿਵਾਰ ਅਸੀਂ ਤਾਂ ਉੱਥੋਂ ਲੈ ਕੇ ਆਏ ਹਾਂ ਸੰਗੋਏ ਸਿਨਾਹ ਦੇ ਮੁਤਾਬਕ ਅਸੀਂ ਜਿਹੜਾ ਕਹਿੰਦੇ ਹਾਂ ਵੀ ਰਿਵਰਸ ਮਾਈਗ੍ਰੇਸ਼ਨ ਹੋਣੀ ਚਾਹੀਦੀ ਹੈ ਵੀ ਰਿਵਰਸ ਮਾਈਗ੍ਰੇਸ਼ਨ ਹੈ ਜਿਹੜਾ ਵਾ ਉਹ ਪਰਿਵਾਰ ਤਾਂ ਚਲੋ ਬਾਹਰ ਜਾਊਗਾ ਹੀ ਪਰ ਮੈਂ ਅਤੇ ਮੇਰੀ ਸਿੰਘਣੀ ਇੱਥੇ ਰਹਾਂ। ਸਿੰਘਣੀ ਇੱਥੇ ਰਹਿਣ ਇੱਥੇ ਰਹਿਣ ਠੀਕ ਹੈ ਜੀ ਧੰਨਵਾਦ ਖਾਲਸਾ।